श्री सिद्ध बाबा बालकनाथ जी की 14वीं वार्षिक विशाल शोभा यात्रा कुटिया बाबा सिद्ध जी बेरी वाले बलदेव नगर जालंधर में से मुख्य सेवादार बाबा अवतार सिंह जी एवं बीरा भगत की अध्यक्षता में बड़ी ही श्रद्धा भाव से निकालेगी। इससे पहले प्रातः सुबह 9 बजे से 10 बजे तक हवन यज्ञ का आयोजन किया गया, जिसके पश्चात संकीर्तन का आयोजन किया गया, जिसके पश्चात विशाल शोभा यात्रा निकाली गई, जिसका शुभारंभ दैनिक सवेरा के संयुक्त संपादक अभिषेक विच विधायक बाबा हेनरी पवन सूरी और विधायक रमन अरोड़ा के भाई रमेश अरोड़ा ने विशेष रूप से उपस्थित होकर किया। इस मौके पर भजन गायक सुखविंदर हैप्पी ने बाबा जी की महिमा का गुणगान कर सभी भक्तों को मंत्रमुग्ध कर दिया। इस मौके पर श्री सिद्ध बाबा बालकनाथ प्रभात मंदिर लुधियाना के गद्दी नशीन भक्त प्रवीण ठाकुर, संत समाज पंजाब के चेयरमैन साई मधु ने विशेष रूप से उपस्थित होकर उपस्थित भक्तों का मार्गदर्शन भी किया। इस मौके पर पूर्व पार्षद बालकृष्ण बाली, निर्मल सिंह निम्मा, परमजीत सिंह, किशनलाल शर्मा, अजमेर सिंह बादल, रोबिन लव, बंटी अरोड़ा, राजू टंडन, मास्टर हरी सैगल, शिव सैगल, कपिल सैगल, योगेश्वर शर्मा, अशोक सोबती, बलदीव आनंद सहित असंख्य भक्तजन भी मौजूद रहे। जालंधर से हलचल के लिए कैमरामैन सुदेश भगत की रिपोर्ट। ਮੇਰਾ ਖਿਆਲ ਨਹੀਂ ਜ਼ਿਆਦਾ ਹੋ ਗਏ
ਮੇਰਾ ਖਿਆਲ ਹੈਨਰੀ ਸਾਹਿਬ ਮੰਤਰੀ ਸੀਗੇ ਉਦੋਂ ਹੀ ਨਾਲ ਆਏ ਸੀ ਇਹ ਜਦੋਂ ਆਪਾਂ ਸ਼ੁਰੂਆਤ ਕੀਤੀ ਸੀ ਸਾਰਿਆਂ ਨਾਲ ਪਹਿਲਾਂ ਤੁਸੀਂ ਇੱਥੇ ਆਏ ਸੀ ਤਾਂ ਤਸਵੀਰ ਇਹ ਸਾਡੇ ਛੋਟੇ ਬਾਬੂ ਜੀ ਅਭਿਸ਼ੇਕ ਵਿੱਚ ਜੀ ਬਾਬਾ ਜੀ ਨੇ ਆਪਣੇ ਚਰਨਾਂ ਵਿੱਚ ਹਾਜ਼ਰੀ ਲਾਉਣ ਵਾਸਤੇ ਇੱਥੇ ਬੁਲਾਵਾ ਆਇਆ ਸਾਡੇ ਬਾਬੂ ਜੀ ਵੱਡੇ ਛਿੱਤਰ ਵਿੱਚ ਹੀ ਉਹਨਾਂ ਦੇ ਪੈਰ ਤੇ ਥੋੜੀ ਜਿਹੀ ਚੋਟ ਲੱਗਣ ਕਰਕੇ ਅੱਜ ਉਹਨਾਂ ਨੇ ਸਾਡੇ ਛੋਟੇ ਬਾਬੂ ਜੀ ਦੀ ਹਾਜ਼ਰੀ ਲਾ ਦਿੱਤੀ ਵੀ ਸਾਡੀ ਛੋਟੀ ਜਿਹੀ ਗੁੱਡੀਆ ਇਹ ਛੋਟੀ ਜਿਹੀ ਗੁੱਡੀਆ ਬਾਬਾ ਬਾਲਕ ਨਾਥ ਜੀ ਦੀ ਇਸ ਵਿੱਚ ਹਾਜ਼ਰੀ ਲਾਉਣ ਵਾਸਤੇ ਸਾਡੇ ਅਭਿਸ਼ੇਕ ਵਿੱਚ ਜੀ ਪਹੁੰਚੇ ਨੇ ਬਾਬਾ ਜੀ ਆਪਣਾ ਮੇਰ ਬੜੇ ਹੱਥ ਦਾ ਜਿਹੜਾ ਸਿਰ ਦੇ ਉੱਪਰ ਰੱਖਣ ਬਾਬਾ ਜੀ ਇਸ ਗੁੱਡੀਆਂ ਨੂੰ ਬਹੁਤ ਪਿਆਰ ਕਰਦੇ ਹੈ ਇਸ ਗੁੱਡੀਆਂ ਨੂੰ ਅਖਬਾਰਾਂ ਦੇ ਵਿੱਚ ਮੈਂ ਕਹਿੰਦਾ ਵੀ ਇੰਨੀਆਂ ਖਬਰਾਂ ਘੱਟ ਹੀ ਲੱਗਦੀਆਂ ਕਿਸੇ ਦੀ ਤੁਸੀਂ ਵੀ ਸਾਇੰਸ ਵੀ ਪੜ੍ਹੀਆਂ ਹੋਣੀਆਂ ਏਡੀਆਂ ਏਡੀਆਂ ਵੱਡੀਆਂ ਖਬਰਾਂ ਲਾ ਰਹੇ ਆ ਸਾਡੀਆਂ ਗੁੱਡੀਆਂ ਬਾਬਾ ਸਿੱਧ ਜੀ ਬੇਰੀ ਵਾਲੇ ਦਰਬਾਰ ਚ 31 ਤਰੀਕ ਨੂੰ ਸ਼ੋਭਾ ਯਾਤਰਾ ਹੋ ਰਹੀ ਰੋਜ਼ ਦੀ ਮੇਰਾ ਖਿਆਲ ਵੀ 8-10 ਦਿਨ ਲਗਾਤਾਰ ਖਬਰ ਏਡੀ ਏਡੀ ਵੱਡੀ ਖਬਰ ਲਾ ਕੇ ਇਸ ਗੁੱਡੀਆਂ ਦਾ ਨਾਮ ਚਮਕਾਇਆ ਇਹ ਸਾਡੇ ਅਖਬਾਰ ਦੇ ਤਸਵੀਰਾਂ ਨੇ ਇਹ ਸਾਡੇ ਬਾਬੂ ਜੀ ਦਾ ਪਿਆਰ ਹੈ ਸਾਡੇ ਅਭਿਸ਼ੇਕ ਵਿੱਚ ਜੀ ਦਾ ਪਿਆਰ ਹੈ ਜੋ ਇਹਨਾਂ ਨੇ ਇਹਨਾਂ ਆਪਣਾ ਕੀਮਤੀ ਟਾਈਮ ਦੇ ਵਿੱਚੋਂ ਸਾਡੇ ਇਸ ਗੁੱਡੀਆਂ ਨੇ ਟਾਈਮ ਕੱਢਿਆ ਸੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਬਾਬਾ ਬੀਬੀ ਜੀ ਦੇ ਇਸ ਪਾਵਨ ਪਵਿੱਤਰ ਪਰਿਸਰ ਦੇ ਵਿੱਚ ਹਰ ਸਾਲ ਇਸ ਸਾਲ ਵੀ ਬੜੇ ਹੀ ਹਰਸ਼ ਉਲਾਸ ਸਨੇਹ ਪ੍ਰੇਮ ਅਤੇ ਆਪਸੀ ਭਾਈਚਾਰੇ ਦੇ ਨਾਲ ਇਸ ਨਗਰ ਦੀ ਸਾਰੀ ਸਾਧ ਸੰਗਤ ਹਰ ਸਾਲ ਬਾਬਾ ਬੀਬੀ ਜੀ ਦੇ ਆਸ਼ੀਰਵਾਦ ਸਦਕਾ ਬਹੁਤ ਹੀ ਸਾਰੇ ਸਤਿਕਾਰਯੋਗ ਬਾਬਾ ਬੀਰਾ ਜੀ ਬਾਬਾ ਅਵਤਾਰ ਜੀ ਅਤੇ ਸਮੁੱਚੀ ਉਹਨਾਂ ਦੀ ਕਮੇਟੀ ਦੇ ਪਿਆਰ ਨਾਲ ਉਹਨਾਂ ਦੇ ਆਸ਼ੀਰਵਾਦ ਸਦਕਾ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਨੂੰ ਬਾਬਾ ਬੀਬੀ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਹੈ ਅੱਜ ਬੜੇ ਹੀ ਹਰਸ਼ ਅਤੇ ਉਲਾਸ ਦਾ ਦਿਹਾੜਾ ਹੈ ਜਦੋਂ ਚੇਤ ਦੇ ਮਹੀਨੇ ਦੇ ਇਸ ਸੁਭਾਗੇ ਦਿਹਾੜੇ 'ਤੇ ਅਸੀਂ ਦੀਨ ਦੁਨੀਆਂ ਦੇ ਵਿੱਚ ਵਸਦੇ ਬਾਬਾ ਜੀ ਦੀਆਂ ਅਡਾਈਆਂ 'ਤੇ ਅੱਜ ਦੇ ਇਸ ਦਿਹਾੜੇ ਨੂੰ ਮੁੱਖ ਰੱਖਦੇ ਸਾਰੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਆਏ ਹਨ ਮੀਰਾਂ ਦੇ ਉੱਤੇ ਹਮੇਸ਼ਾ ਬਣਾਈ ਰੱਖਣ ਇਹੀ ਪਿਆਰ ਜਿਹੜਾ ਇੰਨੇ ਸਾਰਿਆਂ ਦੇ ਨਾਲ ਆਪਸੀ ਭਾਈਚਾਰਾ ਦਾ ਪ੍ਰੇਮ ਬਣਿਆ ਰਹੇ ਮੈਂ ਬਾਬਾ ਜੀ ਦਾ ਬਾਬਾ ਬੀਬੀ ਜੀ ਦਾ ਬਾਬਾ ਅਵਤਾਰ ਬਾਬਾ ਜੀ ਅਵਤਾਰ ਜੀ ਦਾ ਇਹਨਾਂ ਦੀ ਸਮੁੱਚੀ ਕਮੇਟੀ ਦਾ ਖਾਸ ਕਰਕੇ ਆਪਣੀ ਭੂਆ ਜੀ ਦਾ ਸਾਹਿਬ ਸਿੰਘ ਜੀ ਦਾ ਕਰਨ ਜੀ ਦਾ ਮੋਹਨ ਜੀ ਦਾ ਬੋਬੀ ਜੀ ਦਾ ਸਮੁੱਚੀ ਟੀਮ ਦਾ ਬਾਬਾ ਜੀ ਦਾ ਤਹਿ ਦਿਲੋਂ ਆਪਣੇ ਪਰਿਵਾਰ ਵੱਲੋਂ ਖਾਸ ਕਰਕੇ ਆਪਣੇ ਪਿਤਾ ਜੀ ਵੱਲੋਂ ਜਿਨ੍ਹਾਂ ਦਾ ਬਹੁਤ ਡੂੰਘਾ ਅਤੇ ਪੁਰਾਣਾ ਪਿਆਰ ਇਸ ਸਮਾਜ ਦੇ ਨਾਲ ਅਤੇ ਖਾਸ ਕਰਕੇ ਬਾਬਾ ਜੀ ਦੇ ਨਾਲ ਹੈਗਾ ਉਹਨਾਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬਾਬਾ ਬੀਬੀ ਜੀ ਦੀ ਕੁਟੀਆ ਦੇ ਵਿੱਚ ਬਾਬਾ ਬੀਰਾ ਜੀ ਦੇ
ਸਭੇ ਦੇ ਉੱਤੇ ਇੱਕ ਸਭੇ ਦੇ ਉੱਤੇ ਸਾਰੇ ਹੀ ਮੈਂਬਰ ਸਾਹਿਬਾਨ ਸਾਡੇ ਨੌਰਥ ਏਰੀਏ ਦੇ ਬਹੁਤ ਹੀ ਰਿਸਪੈਕਟਿਡ MLA ਬਾਬਾ ਜੀ ਸਾਹਿਬ ਸਿੰਘ ਜੀ ਹੋਰ ਵੀ ਮੇਰੇ ਵੀਰ ਬਾਰਡਰ ਜੀ ਬੈਠੇ ਹੋਏ ਨੇ ਬਾਗੀ ਜੀ ਬੈਠੇ ਹੋਏ ਨੇ ਮਤਲਬ ਕਿ ਜਿਹਦਾ ਨਾਮ ਨਹੀਂ ਵੀ ਆਉਂਦਾ ਮੈਂ ਮਾਫ਼ੀ ਮੰਗਾਂਗੀ ਸਾਰੇ ਇੱਥੇ ਹਾਜ਼ਰੀ ਲਵਾਉਣ ਆਏ ਨੇ ਹਰ ਸਾਲ ਦੀ ਤਰ੍ਹਾਂ ਮੇਰੀ ਬਾਬਾ ਜੀ ਦੇ ਅੱਗੇ ਇਹੀ ਪ੍ਰਾਰਥਨਾ ਹੈ ਕਿ ਬਾਬਾ ਜੀ ਇਸੇ ਤਰੀਕੇ ਦੇ ਨਾਲ ਹੀ ਸਾਰਿਆਂ ਨੂੰ ਆਪਣੀ ਕੁਟੀਆ ਦੇ ਵਿੱਚ ਹਰ ਸਾਲ ਖੁਸ਼ੀਆਂ ਦੇ ਨਾਲ ਇੱਥੇ ਸੱਦੇ